ਉਹਨਾਂ ਭੱਲਿਓਂ ਸਾਰੀਆਂ ਛਾਵਾਂ ਮੰਗਵਾਈਆਂ ਅਤੇ ਗੁੱਟ ਅਤੇ ਕਾਲਾ ਧਾਗਾ ਬੰਨ੍ਹ ਕੇ ਭੋਰ ਕਈ ਮਿਲਣ ਬਹਿਲਵਾ ਵਾਲੀ ਚੀਜ਼ ਸਿਖਾਈ। ਮਾੜੇ ਭਾਗ ਕੌਂਪਣੀ ਇੰਦੌਰ ਤੋਂ ਛੇਤੀ ਕੂਚ ਕਰ ਲਿਆ ਅਤੇ ਭਾਸਕਰ ਦੀ ਸਿੱਖਿਆ ਵਿੱਚ ਰਹਿ ਗਈ। ਉੱਤੋਂ ਬੰਦੇ ਲਈ ਖਾਂ ਸਾਹਿਬ ਨਾਲ ਮੇਲ ਪਾਰੋਂ ਹਰ ਵੱਡਾ ਐਕਟਰ ਭਾਸਕਰ ਤੋਂ ਸੜਨ ਲੱਗ ਪਿਆ। ਭਾਸਕਰ ਰਾਓ ਨੂੰ ਆਪਣਾ ਆਵਾਜ਼ ਵਿਗੜ ਜਾਣ ਦੀ ਖੁੜਕ ਪਈ। ਉਹਨਾਂ ਸੋਚਿਆ ਜੇ ਵੇਲੇ ਸਿਰ ਆਵਾਜ਼ ਨਾ ਸਾਂਭਿਆ ਤਾਂ ਕੌਂਪਣੀ ਉਹਨਾਂ ਨੂੰ ਫਾਰਖਤ ਹੀ ਦੇ ਸੀ। ਉਹਨਾਂ ਸ਼ਹਿਰ ਵਿੱਚ ਇੱਕ ਕਮਰਾ ਕਿਰਾਏ 'ਤੇ ਲੈ ਲਿਆ ਰਿਆਜ਼ਤ ਕਰਨ ਲਈ। ਕੰਪਨੀ ਵਾਲਾਂ ਨੂੰ ਉਹ ਹੁਣ ਰਿਹਰਸਲਾਂ 'ਤੇ ਰੋਟੀ ਵੇਲੇ ਹੀ ਸ਼ਕਲ ਵਿਖਾਉਂਦੇ ਕੰਪਨੀ ਗਣਪਤੀ ਮੇਲਾ ਬੜੇ ਉਚੇਸ਼ ਨਾਲ ਮਨਾਉਂਦੀ ਸੀ। ਨੌਜਵਾਨ ਛੋਰ ਰੀਤ ਮੂਜਬ ਮੰਡਪ ਉਸਾਰਨ ਅਤੇ ਕਈ ਹੋਰ ਨਿੱਕੇ ਨਿੱਕੇ ਕੰਮ ਵਿੱਢ ਖਲੋਤੇ। ਭਾਉ ਰਾਓ ਨੂੰ ਇਹਨਾਂ ਤਿਆਰੀਆਂ ਵਿੱਚ ਭਾਸਕਰ ਰਾਓ ਕਿਧਰੇ ਨਾ ਦਿਸੇ ਤਾਂ ਉਹ ਬੜੇ ਤੱਤੇ ਹੋਏ। ਭਾਸਕਰ ਸਵੇਰ ਦਾ ਰਿਆਜ਼ ਕਰਕੇ ਦੁਪਹਿਰੀ ਰੋਟੀ ਵੇਲੇ ਡੇਰੇ ਪਰਤੇ। ਭਾਉ ਰਾਓ ਨੇ ਉਹਨਾਂ ਨੂੰ ਸੱਦ ਕੱਲਿਆ, ਤੂੰ ਦੂਜਿਆਂ ਨਾਲ ਕੰਮ ਕਿਉਂ ਨਹੀਂ ਕਰਦਾ? ਭਾਸਕਰ ਰਾਓ ਸਿੱਧਾ ਆਖ ਦਿੱਤਾ, ਆਵਾਜ਼ ਵਿਗੜਦਾ ਪਿਆ ਇਸ ਲਈ ਉਹ ਵਾਧੂ ਵੇਲਾ ਆਵਾਜ਼ ਸੂਤ ਰੱਖਣ ਲਈ ਰਿਆਜ਼ ਪਾਣੀ 'ਤੇ ਲਾਉਂਦੇ ਨੇ ਅਤੇ ਵਿੱਚ ਵਿੱਚ ਕੰਮ ਵੀ ਕਰਾ ਜਾਂਦੇ ਨੇ। ਭਾਉ ਰਾਓ ਨੇ ਗੁੱਸੇ ਨਾਲ ਕਿਹਾ, ਕੰਮ ਕੋਸੀ ਕਰਨਾ ਅਤੇ ਉੱਤੋਂ ਰਿਆਜ਼ਤ ਦਾ ਨਾਂ ਲੈਣਾ, ਵੇਖਾਂ ਆਪਣੇ ਵੱਲੋਂ ਬੂਆ ਬਣਨ ਤੁਰਿਆ। ਭਾਸਕਰ ਵੀ ਅੱਗੋਂ ਤਾਜ ਆ ਗਏ, ਮੈਂ ਇਹੋ ਜਿਹੇ ਵੱਡਿਆਂ ਨਾਲ ਇੱਕ ਪਲ ਲਈ ਵੀ ਕੰਮ ਨਹੀਂ ਕਰਨਾ ਜਿਨ੍ਹਾਂ ਨੂੰ ਛੋਟਿਆਂ ਦਾ ਦਰਦ ਹੀ ਨਹੀਂ। ਤੁਸੀਂ ਕਿਵੇਂ ਆਖ ਸਕਦੇ ਹੋ ਮੈਂ ਬੂਆ ਮਤਲਬ ਵੱਡਾ ਗਵੱਈਆ ਬਣ ਸਕਣਾ ਜਾਂ ਨਹੀਂ? ਮੈਂ ਹੁਣ ਉਦੋਂ ਤਾਈਂ ਇਸ ਕੰਪਨੀ 'ਚ ਪੈਰ ਨਹੀਂ ਧਰਨਾ ਜਦੋਂ ਤਾਈਂ ਲੋਕਾਂ ਤੋਂ ਭਾਸਕਰ ਦੀ ਥਾਂ ਭਾਸਕਰ ਬੂਆ ਨਾ ਖਵਾ ਲਿਆ। ਉਹਨਾਂ ਆਪਣੇ ਢਾਈ ਕੱਖ ਇਕੱਠੇ ਕੀਤੇ ਅਤੇ ਦੁਪਹਿਰ ਦੀ ਰੋਟੀ ਖਾਧੇ ਬਿਨਾਂ ਰੇਲਵੇ ਸਟੇਸ਼ਨ ਨੂੰ ਤਾਈ ਕਰ ਗਏ। ਭਾਸਕਰ ਦੇ ਕੰਪਨੀ ਛੱਡਣ ਤੋਂ ਥੋੜ੍ਹਾ ਚਿਰ ਪਹਿਲਾਂ ਹੀ ਬੜੌਦਾ ਦੇ ਹਾਕਮ ਨੇ ਮਸ਼ਹੂਰ ਪੱਕੇ ਗਵੱਈਏ ਫੈਜ਼ ਮੁਹੰਮਦ ਖਾਂ ਨੂੰ ਦਰਬਾਰੀ ਗਵੱਈਆ ਬਣਾਇਆ ਸੀ ਅਤੇ ਸ਼ਹਿਰੋਂ ਮੋਕਲਾ ਇੱਕ ਘਰ ਵੀ ਦਿੱਤਾ ਸੀ। ਬੜੌਦਾ ਵਿੱਚ ਹੁਣ ਗਾਉਣ ਵਾਲਿਆਂ ਦੀਆਂ ਦੋ ਤਗੜੀਆਂ ਦਫਾਂ ਸਨ, ਮੌਲਾ ਬਖਸ਼ ਦੀ ਦਫ ਅਤੇ ਫੈਜ਼ ਮੁਹੰਮਦ ਖਾਂ ਦੀ। ਮੌਲਾ ਬਖਸ਼ ਦੇ ਸਕੂਲ ਵਿੱਚ ਨੋਟੇਸ਼ਨ ਉੱਤੇ ਬੜਾ ਜ਼ੋਰ ਦਿੰਦੇ ਸਨ। ਭਾਸਕਰ ਰਾਓ ਨੋਟੇਸ਼ਨ ਅਤੇ ਨਿਸਾਬੀ ਕਿਤਾਬਾਂ ਦੀ ਪਰਵਾਹ ਨਹੀਂ ਸਨ ਕਰਦੇ। ਭਾਟ ਵਾਡੀਕਰ, ਛੋਟੂ ਮਹਾਰਾਜ, ਤਿਲੰਗ ਸ਼ਾਸਤਰੀ ਜੈ ਸੱਜਣਾ ਅਤੇ ਹੋਰ ਖੈਰ ਚਾਹਣ ਵਾਲੇ ਲੋਕਾਂ ਭੱਜ ਨੱਸ ਕਰਕੇ ਉਹਨਾਂ ਨੂੰ ਫੈਜ਼ ਮੁਹੰਮਦ ਖਾਂ ਕੋਲ ਕੱਲ ਦਿੱਤਾ। ਭਾਸਕਰ ਦਾ ਆਪਣਾ ਦਿਲ ਵੀ ਇੱਥੇ ਹੀ ਸੀ। ਕੇ ਟੀ ਤਿਲੰਗ ਉਦੋਂ ਹਾਈ ਕੋਰਟ ਦੇ ਜੱਜ ਸਨ। ਭਾਸਕਰ ਸ਼ਹਿਰੋਂ ਪ੍ਰੇਰੇ ਫੈਜ਼ ਮੁਹੰਮਦ ਖਾਂ ਦੇ ਘਰ ਰਹਿਣ ਲੱਗ ਪਿਆ। ਰੋਟੀ ਦੀ ਮੁੜ ਉਹਾਕਾਰ, ਕਦੀ ਬ੍ਰਹਮਚਾਰੀਆਂ ਤੋਂ ਅਤੇ ਕਦੀ ਮੰਗ ਪਿੰਨ ਕੇ। ਖਾਨ ਸਾਹਿਬ ਪੁਰਾਣੀ ਪੀੜ੍ਹੀ ਦੇ ਗਵੱਈਏ ਸਨ, ਚੰਗੀਆਂ ਮੰਦੀਆਂ ਦੋਵੇਂ ਹੀ ਗੱਲਾਂ ਸਨ ਉਹਨਾਂ ਵਿੱਚ। ਭਾਸਕਰ ਨੂੰ ਉਹਨਾਂ ਭੋਪ ਦੀ ਇੱਕ ਚੀਜ਼ ਇਤਨੇ ਜੋਬਨ ਪਰ ਮਾਣ ਨਾ ਕਰੀਏ ਦੱਸੀ, ਪਰ ਫਿਰ ਕੰਮ ਇੱਥੇ ਹੀ ਖਲੋ ਗਏ। ਖਾਨ ਸਾਹਿਬ ਹਰ ਸ਼ਹਿਰ ਦੇ ਮਾਮਲੇ ਵਿੱਚ ਸਫਾਈ ਪਸੰਦ ਸਨ। ਕੁਦਰਤੀ ਅਮਰ ਸਾਰੀ ਝਾੜ ਪੂੰਝ, ਬੌਕਰ ਬੁਆਰੀ ਅਤੇ ਖਾਨ ਸਾਹਿਬ ਦੇ ਕੱਪੜਿਆਂ ਦੀ ਧੁਆਈ ਭਾਸਕਰ ਨੂੰ ਕਰਨੀ ਪੈਂਦੀ। ਤਾਲੀਮ ਲਈ ਕੋਈ ਵੇਲਾ ਨਹੀਂ ਸੀ ਮਿੱਥੇ ਆਇਆ। ਭਾਸਕਰ ਨੂੰ ਘੰਟਿਆਂ ਬੱਧੀ ਖਾਨ ਸਾਹਿਬ ਦੇ ਆਲੇ ਦੁਆਲੇ ਟੰਗੀਤਿਆਂ ਰਹਿਣਾ ਪੈਂਦਾ, ਖਬਰੇ ਕਿਹੜੇ ਵੇਲੇ ਗਾਣਾ ਦੱਸਣ ਅਤੇ ਰੌਂ ਆ ਜਾਣੇ। ਖਾਨ ਸਾਹਿਬ ਦਾ ਭਤਰੀਆ ਵੀ ਸੰਗੀਤ ਪਿਆ ਸਿੱਖਦਾ ਸੀ, ਉਹਦੇ ਲਈ ਵੇਲਾ ਮਿੱਥੇ ਆਇਆ ਸੀ। ਉਸ ਵੇਲੇ ਭਾਸਕਰ ਨੂੰ ਕਿਸੇ ਨਾ ਕਿਸੇ ਕੰਮ ਬੰਨੇ ਕਰ ਦਿੱਤਾ ਜਾਂਦਾ। ਅਕਸਰ ਬ੍ਰਹਮਚਾਰੀਆਂ ਵੱਲੋਂ ਰੋਟੀ ਦਾ ਵੇਲਾ ਵੀ ਖੁੰਝ ਜਾਂਦਾ ਅਤੇ ਭਾਸਕਰ ਨੂੰ ਭੁੱਖੇ ਢਿੱਡ ਪੂਰਾ ਦਿਨ ਕੱਢਣਾ ਪੈਂਦਾ। ਭਾਸਕਰ ਦੀ ਸਿਹਤ ਰਹਿ ਗਈ, ਸੰਗੀਤ ਸਿੱਖਣ ਦੀ ਵੀ ਕੋਈ ਆਸ ਨਹੀਂ ਸੀ ਦਿਸਦੀ।
ਇੱਕ ਦਿਨ ਭਾਸਕਰ ਬਾਲ ਸ਼ਾਸਤਰੀ ਤਿਲੰਗ ਕੋਲ ਜਾ ਰੁੰਨੇ। ਅਗਲੇ ਦਿਨ ਜੱਜ ਤਿਲੰਗ ਖਾਨ ਸਾਹਿਬ ਵੱਲ ਗਏ ਅਤੇ ਭਾਸਕਰ ਦਾ ਗਾਣਾ ਸੁਣਨ ਦੀ ਖਾਹਿਸ਼ ਕੀਤੀ। ਭਾਸਕਰ ਨੇ ਜਿੰਨਾ ਸਿੱਖਿਆ ਸੀ ਸੁਣਾ ਦਿੱਤਾ। ਤਿਲੰਗ ਨੇ ਖਾਨ ਸਾਹਿਬ ਨੂੰ ਗੁੱਸੇ ਨਾਲ ਆਖਿਆ, 6 ਮਹੀਨੇ ਹੋ ਗਏ ਨੇ ਭਾਸਕਰ ਨੂੰ ਤੁਹਾਡੇ ਕੋਲ ਕੱਲਿਆਂ, ਪਰ ਇਹ ਤਾਂ ਕੁਝ ਵੀ ਨੇ। ਤੁਸੀਂ ਵਾਅਦਾ ਕੀਤਾ ਸੀ ਇਹਨੂੰ ਗਵੱਈਆ ਬਣਾ ਦਿਓਗੇ, ਤੁਹਾਨੂੰ ਦਰਬਾਰੀ ਗਵੱਈਆ ਬਣਵਾਉਣ ਪਿੱਛੇ ਮੈਂ ਵੀ ਹਾਂ, ਅਤੇ ਇਹ ਨੌਕਰੀ ਮੇਰੇ ਆਖਿਆ ਜਾ ਵੀ ਸਕਦੀ। ਖਾਨ ਸਾਹਿਬ ਮਸਕੀਨ ਜੈ ਹੋ ਗਏ, ਜਨਾਬ ਜੋ ਹਾਂ ਸੀ ਹੋ ਗਿਆ, ਅੱਜ ਤੋਂ ਮੇਰਾ ਵਾਅਦਾ ਰਿਹਾ, ਇਹਨੂੰ ਨੇਕ ਨੀਅਤੀ ਨਾਲ ਦੱਸਾਂਗਾ ਅਤੇ ਇੱਕ ਚੰਗਾ ਗਵੱਈਆ ਬਣਾ ਦਿਆਂਗਾ, ਤੁਸੀਂ 6 ਮਹੀਨੇ ਹੋਰ ਦਿਓ, ਫਿਰ ਵੇਖ ਲਿਆ ਜੇ ਮੈਂ ਆਪਣਾ ਵਾਅਦਾ ਪੂਰਾ ਕੀਤਾ ਹੈ ਜਾਂ ਨਹੀਂ। ਇਸ ਤੋਂ ਪਿੱਛੇ ਖਾਨ ਸਾਹਿਬ ਭਾਸਕਰ ਨੂੰ ਪੂਰੇ ਦਿਲ ਨਾਲ ਰੋਜ਼ ਦਿਹਾੜੀ ਸਿਖਾਵਣ ਲੱਗ ਪਏ। ਖਾਨ ਸਾਹਿਬ ਚੀਜ਼ ਨੂੰ ਟੁਕੜੀ ਟੁਕੜੀ ਕਰਕੇ ਪੂਰੀਆਂ ਕਰਦੇ, ਵੇਖਣ ਵਾਲੇ ਨੂੰ ਲੱਗਦਾ ਕੋਈ ਮੂਰਤੀ ਗਲੀਂਦੀ ਹੋਵੇ। ਮਿੰਡਾਂ ਅਤੇ ਕਈ ਵਣਾਂ ਦੀਆਂ ਮੁਰਕੀਆਂ ਰਾਹੀਂ ਚੀਜ਼ ਨੂੰ ਅਜਿਹਾ ਮਨ ਛਿਕਵਾਂ ਬਣਾ ਦਿੰਦੇ, ਕੋਈ ਰੀਸ ਨਾ ਰਹਿੰਦੀ। ਉੱਤੋਂ ਇਹ ਰਾਗ ਦੇ ਸੁਰ ਐਰੇ ਤੋਂ ਰੱਤੀ ਬਰਾਬਰ ਵੀ ਉਰਾਂ ਪਰਾਂ ਨਾ ਹੁੰਦੇ। ਉਹਨਾਂ ਆਪਣੇ ਖਾਸ ਢੰਗ ਵਿੱਚ ਭਾਸਕਰ ਨੂੰ ਵੱਖੋ ਵੱਖ ਰਾਗਾਂ ਦੀਆਂ ਕਈ ਚੀਜ਼ਾਂ ਸਿਖਾ ਦਿੱਤੀਆਂ। ਭਾਸਕਰ ਨੇ ਹਰ ਚੀਜ਼ ਬੜੇ ਧਿਆਨ ਅਤੇ ਲਗਨ ਨਾਲ ਅਜ਼ਬਰ ਕਰ ਲਏ ਅਤੇ ਘੰਟਿਆਂ ਬੱਧੀ ਪਕਾਉਂਦੇ ਰਹਿੰਦੇ। ਖਾਨ ਸਾਹਿਬ ਭਾਸਕਰ ਦੀ ਮਿਹਨਤ 'ਤੇ ਬੜੇ ਰਾਜ਼ੀ ਹੁੰਦੇ। ਕੁਝ ਵਰ੍ਹਿਆਂ ਵਿੱਚ ਹੀ ਲੋਕ ਭਾਸਕਰ ਨੂੰ ਸੁਣਨ ਲਈ ਸੱਦਣ ਲੱਗ ਪਏ ਅਤੇ ਉਹਨਾਂ ਦਾ ਨਾਮ ਬਣਨ ਲੱਗ ਪਿਆ। ਕਰਲੋਸਕਰ ਕੌਂਪਣੀ ਗਣਪਤੀ ਮੇਲੇ ਦੇ ਸਮੇਂ ਬੜੌਦੇ ਆਈ। ਤਕਦੀਰੀ ਜਿੱਥੇ ਕੌਂਪਣੀ ਆਣ ਕੇ ਡੇਰੇ ਲਾਏ, ਉੱਥੇ ਨਾਲ ਦੇ ਘਰ ਵਿੱਚ ਹੀ ਉਸ ਰਾਤ ਭਾਸਕਰ ਦਾ ਗਾਣਾ ਸੀ। ਭਾਉ ਰਾਓ ਕੁਲਿਤਕਰ ਦੇ ਕੰਨੀ ਐਡਾ ਸੋਹਣਾ ਸੁਰੀਲਾ ਆਵਾਜ਼ ਪਿਆ ਅਤੇ ਸੁਣਨ ਵੇਖਣ ਉੱਠ ਆਏ। ਅੱਗੇ ਦੁਨੀਆ ਭਾਸਕਰ ਦੇ ਗਾਣੇ ਵਿੱਚ ਡੁੱਬੀ ਹੋਵੇ। ਭਾਉ ਰਾਓ ਰਾਹ ਬਣਾਉਂਦੇ ਅਸਲਮ ਭਾਸਕਰ ਦੇ ਸਾਹਮਣੇ ਜਾ ਬੈਠੇ। ਛੇਤੀ ਭਾਸਕਰ ਦਾ ਸ਼ੱਕ ਪੈਣ ਲੱਗ ਪਿਆ, ਜਿਹੜਾ ਕੌਂਪਣੀ ਛੱਡ ਕੇ ਤੁਰ ਗਿਆ ਸੀ। ਧਿਆਨ ਲਾਇਆ ਤਾਂ ਸੁਝਾਣ ਗਏ, ਹੁਣ ਉਹ ਵੀ ਲੋਕਾਂ ਨਾਲ ਰਲ ਕੇ ਭਾਸਕਰ ਦੀ ਸਲਾਹਣਾ ਕਰਨ ਲੱਗੇ ਲੱਗ ਪਏ। ਭਾਸਕਰ ਨੇ ਗਾਉਂਦਿਆਂ ਗਾਉਂਦਿਆਂ ਹੱਥ ਬੰਨ ਕੇ ਭਾਉ ਰਾਓ ਨੂੰ ਸਲਾਮ ਕੀਤਾ। ਰਾਓ ਇੰਨੇ ਰਾਜ਼ੀ ਹੋਏ, ਉੱਠ ਕੇ ਹੋਕਾ ਦੇਣ ਲੱਗ ਪਏ, ਭਾਸਕਰ ਤੁਸਾਂ ਬੂਆ ਬਣ ਕੇ ਵਿਖਾ ਦਿੱਤਾ, ਅੱਜ ਤੋਂ ਮੈਂ ਤੁਹਾਨੂੰ ਭਾਸਕਰ ਬੂਆ ਆਖਿਆ ਕਰ ਸਾਂ। ਜੋ ਹੋਇਆ ਸੀ ਭੁੱਲ ਜਾਓ ਅਤੇ ਆ ਕੇ ਆਪਣੇ ਕੌਂਪਣੀ ਵਾਲੇ ਬੇਲੀਆਂ ਨੂੰ ਮਿਲੋ। ਇਹ ਸੁਣ ਕੇ ਭਾਸਕਰ ਰੋ ਪਏ। ਉਹਨਾਂ ਮੁੜ ਭਾਉ ਰਾਓ ਨੂੰ ਹੱਥ ਬੰਨੇ ਅਤੇ ਆਖਿਆ, ਕਿਵੇਂ ਬੋਲ ਜਾਵਾਂ, ਤੁਹਾਡੇ ਤੱਤੇ ਬੋਲਾਂ ਤੋਂ ਖੁੰਦਕ ਖਾ ਕੇ ਅੱਜ ਇੱਥੇ ਆਪਣੇ ਹਾਂ। ਤੁਸੀਂ ਨਾ ਬੋਲਦੇ ਤਾਂ ਮੈਂ ਹਾਲੇ ਤਾਈਂ ਕੰਪਨੀ ਵਿੱਚ ਹੀ ਹੋਣਾ ਸੀ। ਉਸ ਦਿਨ ਤੋਂ ਹੀ ਭਾਸਕਰ ਬੂਆ ਹੋ ਗਏ। ਭਾਸਕਰ ਵਿੱਚ ਇੰਨਾ ਵਸਾ ਆ ਗਿਆ ਸੀ ਕਿ ਕਸਬੀ ਗਵਾਈਆਂ ਦੇ ਪਿੜ ਵਿੱਚ ਉਤਰ ਕੇ ਨਾਮ ਨਾਵਾਂ ਖੱਟ ਸਕਦੇ ਸਨ। ਉਹਨਾਂ ਖਾਨ ਸਾਹਿਬ ਨੂੰ ਆਪਣੇ ਮਨ ਦੀ ਦੱਸੀ ਤਾਂ ਉਹਨਾਂ ਦੁਆਵਾਂ ਨਾਲ ਪ੍ਰਵਾਨਗੀ ਦੇ ਦਿੱਤੀ ਅਤੇ ਇਹ ਵੀ ਆਖਿਆ, ਮੈਂ ਤੈਨੂੰ ਜੋ ਦੇਣਾ ਸੀ ਦੇ ਛੱਡਿਆ, ਇਹਨੂੰ ਖਰਾ ਕਰਕੇ ਵਧਾਵੀਂ। ਨਾਲ ਇਹ ਵੀ ਮਾਤੀ ਵਾਰਾ ਖਾਵੀ ਅਤੇ ਨੱਥਣ ਖਾਂ ਨੂੰ ਸਰਪਰ ਮਿਲੀ ਅਤੇ ਉਹਨਾਂ ਤੋਂ ਸਿੱਖੀ ਕੁਝ ਚੀਜ਼ਾਂ, ਉਹ ਤੈਨੂੰ ਇਹੋ ਜਿਹੀਆਂ ਦੇਸਣ ਜਿਹੜੀਆਂ ਮੇਰੇ ਕੋਲ ਵੀ ਨਹੀਂ। ਬਸ ਇੰਨਾ ਆਖੀ ਤੈਨੂੰ ਮੈਂ ਕੱਲਿਆ, ਮੰਨ ਜਾ ਸਨ। ਭਾਉ ਰਾਓ ਕੁਲਿਤਕਰ ਦੀ ਸਿਫਾਰਿਸ਼ ਉੱਤੇ ਭਾਸਕਰ ਨੂੰ ਦਰਬਾਰ ਟ੍ਰੇਨਿੰਗ ਕਾਲਜ ਵਿੱਚ ਮਿਊਜ਼ਿਕ ਟੀਚਰ ਦੀ ਨੌਕਰੀ ਲੱਭ ਗਈ। ਦਰਬਾਰ ਵਿੱਚ ਉਹਨਾਂ ਦੀ ਸ਼ਿਸ਼ਰ ਬੁੱਧੇ ਮਨਰੀਕਰ ਅਤੇ ਪਤਰੇ ਜੈ ਲੋਕਾਂ ਨਾਲ ਗੂੜ੍ਹੀ ਦੋਸਤੀ ਹੋ ਗਈ। ਨੱਥਨ ਖਾਨ ਮੈਸੂਰ ਦਰਬਾਰ ਦੇ ਗਵੱਈਏ ਸਨ।
ਮੈਸੂਰ ਤੋਂ ਬੰਬੇ ਜਾਂਦਿਆਂ ਉਹ ਇੱਕ ਵਾਰ ਦਰਬਾਰ ਰੁਕੇ। ਭਾਸਕਰ ਹੋਰਾਂ ਲਈ ਇਹ ਬੜਾ ਨੇਕ ਢੋਹ ਸੀ। ਉਹ ਨਥਨ ਖਾਨ ਨੂੰ ਮਿਲੇ ਅਤੇ ਸ਼ਗਿਰਦ ਭੈਣ ਦਾ ਤਰਲਾ ਲਿਆ। ਉਹਨਾਂ ਅੱਗੋਂ ਕੁਝ ਵਣਗੀ ਚਖਾਵਣ ਦਾ ਆਖਿਆ। ਭਾਸਕਰ ਗਵੇਂ ਉਹ ਇੰਨਾ ਰਾਜ਼ੀ ਹੋਏ ਸੁਣ ਕੇ ਉਸੇ ਵੇਲੇ ਮੰਨ ਗਿਆ। ਅੱਗੋਂ ਨਥਨ ਖਾਂ ਮੈਸੂਰੋਂ ਬੰਬੇ ਆਉਂਦਿਆਂ ਜਾਂਦਿਆਂ ਦਰਬਾਰ ਰੁਕ ਜਾਂਦੇ ਅਤੇ ਕਿੰਨੇ ਕਿੰਨੇ ਹਫ਼ਤੇ ਭਾਸਕਰ ਦੇ ਘਰ ਰਹਿ ਕੇ ਉਹਨਾਂ ਨੂੰ ਸਿਖਾਉਂਦੇ ਰਹਿੰਦੇ। ਨਥਨ ਖਾਂ ਨੂੰ ਭਾਸਕਰ ਦੇ ਗਾਣੇ ਨਾਲ ਇੰਨਾ ਪਿਆਰ ਹੋ ਗਿਆ ਉਹਨਾਂ ਨੂੰ ਪੁੱਤਰ ਸਮਝਣ ਲੱਗ ਪਏ। ਭਾਸਕਰ ਬੂਆ ਦੀ ਮੌਤ ਪਿੱਛੋਂ ਉਹਨਾਂ ਦੇ ਤ੍ਰੇਮਤ ਵਰਤ ਗਿਆਨ ਸਮਾਜ ਦੇ ਹਾਤੇ ਵਿੱਚ ਰਹਿੰਦੇ ਹੁੰਦੇ ਸਨ। ਇੱਕ ਵਾਰੀ ਮੈਂ ਉਹਨਾਂ ਤੋਂ ਨਥਨ ਖਾਂ ਬਾਰੇ ਢੇਰ ਗੱਲਾਂ ਪੁੱਛੀਆਂ। ਉਹਨਾਂ ਦੱਸਿਆ ਇੱਕ ਵਾਰੀ ਦਰਬਾਰ ਤੌਣ ਪੈ ਗਏ, ਕਾਲਜ ਬੰਦ ਹੋ ਗਿਆ, ਸਾਨੂੰ ਕੁਝ ਮਹੀਨੇ ਮੈਸੂਰ ਰਹਿਣਾ ਪਿਆ। ਖਾਂ ਸਾਹਿਬ ਨਥਨ ਖਾਂ ਸਾਡੇ ਵੱਲ ਸਵੇਰੇ ਸਵੇਰੇ ਆਉਂਦੇ। ਕਈ ਵਾਰੀ ਉਹਨਾਂ ਵੇਖਣਾ ਮੇਰਾ ਘਰ ਵਾਲਾ ਸੁੱਤਾ ਪਿਆ, ਖਾਂ ਸਾਹਿਬ ਉਹਨਾਂ ਨੂੰ ਜਗਾ ਕੇ ਆਉਂਦੇ, ਤੂੰ ਇੱਥੇ ਸੌਣਾ ਹੈ, ਉੱਠ ਤਾਂ ਤੰਬੂਰਾ ਫੜ ਅਤੇ 7 ਤੋਂ 9 ਸਾਢੇ 9 ਵਜੇ ਤਾਈਂ ਰਿਆਜ਼ ਹੁੰਦਾ ਰਹਿੰਦਾ। ਮੁੜ ਖਾਂ ਸਾਹਿਬ ਰਾਤ ਨੂੰ 8-9 ਵਜੇ ਆਉਂਦੇ ਅਤੇ 12 ਵਜੇ ਤਾਈਂ ਮੇਰੇ ਬੰਦੇ ਨੂੰ ਸਿਖਾਉਂਦੇ ਰਹਿੰਦੇ। ਨਥਨ ਖਾਂ ਡਾਢੇ ਬਿਮਾਰ ਹੋ ਗਏ, ਬਚਨ ਦੀ ਵੀ ਕੋਈ ਆਸ ਨਾ ਰਹੀ। ਭਾਸਕਰ ਬੂਆ ਮਿਲਣ ਆਏ ਤਾਂ ਕੋਲ ਸੱਦ ਕੇ ਆਖਣ ਲੱਗੇ, ਭਾਸਕਰ ਮੈਂ ਬਚਣਾ ਕੋਈ ਨਹੀਂ, ਮੈਥੋਂ ਜੋ ਸਿੱਖਣਾ ਸੀ ਤੂੰ ਸਿੱਖ ਲਿਆ, ਮੈਂ ਤੈਨੂੰ ਆਖ ਸਾਂ। ਖਾਂ ਸਾਹਿਬ ਅੱਲਾ ਦੀਏ ਖਾਂ ਕੋਲਹਾਪੁਰ ਵਾਲੇ ਤੋਂ ਜ਼ਰੂਰ ਸਿੱਖੀ, ਜੋ ਮੇਰੇ ਕੋਲ ਨਹੀਂ ਉਹ ਤੈਨੂੰ ਸਿਖਾ ਦੇ ਸਨ। ਨਥਨ ਖਾਂ ਅੱਲਾ ਦੀਆ ਖਾਂ ਨੂੰ ਉਗਦਾ ਦਾਸ ਆਖਦੇ ਹੁੰਦੇ ਸਨ, ਇਹਦਾ ਮਤਲਬ ਬੇ ਔਖਤ ਪਸੰਦ। ਅੱਗੇ ਜੋ ਕੁਝ ਹੋਇਆ ਇੰਜੇ, ਅਸੀਂ ਦਰਬਾਰੋਂ ਪੂਨੇ ਅਤੇ ਅਖੀਰ ਬੰਬੇ ਆ ਗਏ। ਖਾਂ ਸਾਹਿਬ ਅੱਲਾ ਦੀਆ ਖਾਂ ਦੀ ਵੀ ਸਿਹਤ ਖਰਾਬ ਹੋ ਗਈ ਸੀ, ਡਾਕਟਰਾਂ ਨੇ ਉਹਨਾਂ ਨੂੰ ਪੌਣ ਪਾਣੀ ਦੀ ਬਦਲੀ ਲਈ ਕੋਲਹਾਪੁਰੋਂ ਬੰਬੇ ਟੁਰ ਜਾਣ ਦੀ ਸਲਾਹ ਦਿੱਤੀ। ਖਾਂ ਸਾਹਿਬ ਅਤੇ ਉਹਨਾਂ ਦੇ ਪੁੱਤਰ ਮੰਜੀ ਖਾਂ ਬੰਬੇ ਆਏ ਅਤੇ 6 ਮਹੀਨੇ ਸਾਡੇ ਕੋਲ ਹੀ ਰਹੇ। ਅਸੀਂ ਉਦੋਂ ਪੇਪਰ ਮਿਲ ਲੇਨ ਵਿੱਚ ਰਹਿੰਦੇ ਸਾਂ। ਬੂਆ ਸਾਹਿਬ ਨੇ ਸਾਰੀਆਂ ਟਿਊਸ਼ਨਾਂ ਛੱਡ ਦਿੱਤੀਆਂ ਤਾਂ ਜੋ ਪੂਰੇ ਧਿਆਨ ਨਾਲ ਖਾਂ ਸਾਹਿਬ ਦੀ ਸੇਵਾ ਕਰ ਸਕਣ। ਕੋਈ ਢੇਰ ਹੀ ਜ਼ਰੂਰੀ ਕੰਮ ਹੁੰਦਾ ਤਾਂ ਕਦੀ ਬਾਹਰ ਜਾਂਦੇ। ਰਾਤ ਦੀ ਰੋਟੀ ਮਗਰੋਂ ਖਾਂ ਸਾਹਿਬ ਦੀ ਤਬੀਅਤ ਵੱਲ ਹੁੰਦੀ ਤਾਂ ਉਹ ਭਾਸਕਰ ਬੂਆ ਨੂੰ ਵਿੱਦਿਆ ਦਿੰਦੇ। ਮਗਰੋਂ ਵੀ ਖਾਂ ਸਾਹਿਬ ਸਾਡੇ ਕੋਲ 6 ਮਹੀਨੇ ਹੋਰ ਰਹਿ। ਉਹ ਰੋਜ਼ ਰਾਤ ਨੂੰ ਭਾਸਕਰ ਸਾਹਿਬ ਨੂੰ ਪੁੱਛਦੇ ਦੱਸਦੇ, ਭਾਸਕਰ ਬੂਆ ਦੀ ਸੰਗੀਤ ਵਿੱਦਿਆ ਤੁਸੀਂ ਵੇਖ ਹੀ ਲਈ ਹੈ, ਉਹਨਾਂ ਫੈਜ਼ ਮੁਹੰਮਦ ਖਾਂ ਤੋਂ 250 ਸਿੱਕੇ ਬੰਦ ਚੀਜ਼ਾਂ ਸਿੱਖੀਆਂ ਪੂਰੇ ਪੂਰੇ ਅਸਥਾਈ ਅੰਤਰਿਆਂ ਨਾਲ। ਫਿਰ ਉਹਨਾਂ ਨਿਰੋਲ ਬਜ਼ੁਰਗਾਂ ਦੇ ਢੰਗ ਨਾਲ ਰਾਗਾਂ ਦੀ ਬੜਤ ਕਰਨ ਦਾ ਚੱਜ ਸਿੱਖਿਆ। ਹਰ ਰਾਗ ਦੇ ਫਿਕਰਿਆਂ ਦੀ ਵੰਡ, ਫਿਰ ਉਹਨਾਂ ਫਿਕਰਿਆਂ ਨੂੰ ਆਪੋ ਵਿੱਚ ਮੇਲ ਕੇ ਪੂਰਾ ਪਹਿਰਾ ਬਣਾਉਣ ਅਤੇ ਸਮ ਨਾਲ ਮੁਕਾਵਣ ਦਾ ਵੱਲ ਸਿੱਖਿਆ। ਸੁਰਾਂ ਦੀਆਂ ਵੱਖੋ ਵੱਖ ਟੁਕੜੀਆਂ ਨਾਲ ਚੀਜ਼ਾਂ ਨੂੰ ਕਿਵੇਂ ਸਜਾਇਆ ਅਤੇ ਰਾਗ ਦੇ ਮਜ਼ਾਜ ਨੂੰ ਸਗਵਾਂ ਰੱਖਿਆ ਜਾ ਸਕਦਾ ਹੈ, ਇਹ ਸਾਰੀਆਂ ਗੱਲਾਂ ਉਹਨਾਂ ਫੈਜ਼ ਮੁਹੰਮਦ ਖਾਂ ਤੋਂ ਲਈਆਂ। ਲੈ ਅਤੇ ਬੋਲ ਵਰਤੋਂ ਦੇ ਹੋਰ ਢੰਗ ਉਹਨਾਂ ਨਥਨ ਖਾਂ ਤੋਂ ਲੈ। ਅੱਲਾ ਦੀਆ ਖਾਂ ਨੇ ਉਹਨਾਂ ਨੂੰ ਵੱਲ ਸੁਵੰਨੀਆਂ ਤਾਨਾਂ, ਉਹਨਾਂ ਦੀ ਲੈ, ਤਾਨ ਵਿੱਚ ਕੀ ਅਤੇ ਕਦੋਂ ਜਾਣਨ ਦੀ ਲੋੜ, ਫਿਰ ਸੋਹਣੀਆਂ ਅਤੇ ਗੁੱਤੀਆਂ ਹੋਈਆਂ ਤਾਨਾਂ ਦੀ ਵਰਤੋਂ ਵੀ। 3 ਵੱਖਰੇ ਉਸਤਾਦਾਂ ਨੇ ਉਹਨਾਂ ਨੂੰ 3 ਵੱਖਰੇ ਅੰਗਾਂ ਦਾ ਸੰਗੀਤ ਦੱਸਿਆ। ਭਾਸਕਰ ਬੂਆ ਦਾ ਵਡੱਪ ਸੀ, ਉਹਨਾਂ ਸਾਰੇ ਸਿੱਖੇ ਪੁੱਛੇ ਨੂੰ ਰਲਾ ਕੇ ਜੋੜ ਕੇ ਆਪਣਾ ਵੱਖਰਾ ਅੰਗ ਬਣਾ ਲਿਆ। ਫੈਜ਼ ਮੁਹੰਮਦ ਖਾਂ ਨੇ ਉਹਨਾਂ ਨੂੰ ਬੜਾ ਸੋਚ ਸਮਝ ਕੇ ਨਥਨ ਖਾਂ ਵੱਲ ਤੋਰਿਆ ਸੀ ਅਤੇ ਇੰਜੀ ਨਥਨ ਖਾਂ ਨੇ ਉਹਨਾਂ ਨੂੰ ਅੱਲਾ ਦੀਆ ਖਾਂ ਸਾਹਿਬ ਕੋਲ, ਉਸ ਜ਼ਮਾਨੇ ਦਾ ਇਹ ਵਰਤੱਬ ਨਹੀਂ ਸੀ, ਇੱਥੋਂ ਭਾਸਕਰ ਬੂਆ ਦੇ ਪਹਿਲੇ 2 ਉਸਤਾਦਾਂ ਦਾ ਮੁਹਾਲ ਸਮਝਿਆ ਜਾ ਸਕਦਾ ਹੈ।
ਦੋਵਾਂ ਨੇ ਪੂਰੇ ਸਿਦਕ ਨਾਲ ਸਹੀ ਕੀਤਾ, ਉਹਨਾਂ ਦਾ ਸ਼ਾਗਿਰਦ ਕਿਸੇ ਪੱਖੋਂ ਵੀ ਹੌਲਾ ਨਾ ਰਹਿ ਜਾਵੇ। ਭਾਸਕਰ ਬੂਆ ਨਿੱਕੀ ਉਮਰ ਤੋਂ ਹੀ ਕਿਸੇ ਗਵੱਈਏ ਦੀ ਜਿਹੜੀ ਚੰਗੀ ਸ਼ੈ ਲੱਗਦੀ ਨਿਸ਼ੰਗ ਹੋ ਕੇ ਲੈ ਲੈਂਦੇ ਸਨ। ਮੀਆਂ ਜਾਨ ਸਾਹਿਬ ਅਤੇ ਕਾਲੇ ਖਾਂ ਸਾਹਿਬ ਨਾਲ ਉਹਨਾਂ ਦੀ ਬੜੀ ਗੂੜੀ ਯਾਰੀ ਸੀ। ਤਿੰਨੇ ਇੱਕ ਦੂਜੇ ਦਾ ਗਾਣਾ ਬੜੇ ਧਿਆਨ ਨਾਲ ਸੁਣਦੇ ਸਨ। ਭਾਸਕਰ ਬੂਆ ਦੀਆਂ ਕਾਪੀਆਂ ਤੋਂ ਸਿੱਧ ਹੁੰਦਾ ਹੈ ਵੀ ਨਾਮ ਨਾਮਣਾ ਕਦੀ ਵੀ ਉਹਨਾਂ ਨੂੰ ਦੂਜੇ ਗਵੱਈਆਂ ਤੋਂ ਚੀਜ਼ਾਂ ਅਤੇ ਅਸਥਾਈ ਅੰਤਰੇ ਪੁੱਛਣ ਵਿੱਚ ਅੜੇਕਾ ਨਹੀਂ ਸੀ ਬਣਿਆ। ਕਈ ਵਾਰ ਗੁਣੀ ਗਵੱਈਏ ਆਪਣੀ ਖੁਸ਼ੀ ਨਾਲ ਉਹਨਾਂ ਨੂੰ ਚੀਜ਼ਾਂ ਦੇ ਦਿੰਦੇ ਸਨ, ਜਾਣੇ ਅਜਿਹੇ ਬੰਦੇ ਕੋਲੋਂ ਓਹਲਾ ਨਹੀਂ ਰੱਖਿਆ ਜਾ ਸਕਦਾ। 1910 ਦੇ ਜ਼ਮਾਨੇ ਉਹਨਾਂ ਨੂੰ ਪੰਜਾਬ ਅਤੇ ਸਿੰਧ ਤੋਂ ਗਾਵਣ ਦੇ ਸੱਦੇ ਆਉਣ ਲੱਗ ਪਏ। ਇੰਝ ਹਿੰਦੁਸਤਾਨ ਦੇ ਪਹਾੜ ਬੰਨੇ ਵਿੱਚ ਵੀ ਉਹਨਾਂ ਦਾ ਨਾਮ ਵੱਜ ਗਿਆ। ਉਦੋਂ ਉਹ 40 ਜਾਂ 41 ਵਰ੍ਹਿਆਂ ਦੇ ਹੋ ਸਨ। ਉਹਨਾਂ ਦਾ ਗਾਣਾ ਅੰਤਾਂ ਦਾ ਰਸ ਗਿਆ ਹੋਇਆ ਸੀ। ਪੌਂ ਦੁਆਰੇ ਵਾਲਾ ਉਹਨਾਂ ਦੇ ਗਾਣੇ ਦਾ ਆਕਰੇਵਾਂ ਹੁਣ ਨਰਮੀਲਾ ਅਤੇ ਕੂਲਾ ਹੋ ਗਿਆ ਸੀ। ਉਹ ਰਾਗਾਂ ਦੇ ਉਤਰਾਅ ਚੜਾਅ ਦੇ ਗ੍ਰਾਮਰੀ ਠੁਕਾਂ ਤੋਂ ਅਗੇਰੇ ਲੰਘ ਗਏ ਸਨ। ਹਰ ਰਾਗ ਦੀ ਉਹਨਾਂ ਦੇ ਦਿਮਾਗ ਵਿੱਚ ਮੂਰਤ ਅਤੇ ਭੋ ਉਲੀਕੀ ਹੋਈ ਸੀ ਅਤੇ ਸੁਰਾਂ ਨਾਲ ਉਹਨਾਂ ਦੇ ਦਿਲ ਦੀ ਤਾਰ ਇੱਕ ਸੁਰ ਹੋਈ ਹੋਈ ਸੀ। ਗਾਉਂਦਿਆਂ ਉਹ ਕੋਈ ਸੁਰ ਵੀ ਮਸ਼ੀਨੀ ਢੰਗ ਨਾਲ ਨਾ ਲਾਉਂਦੇ। ਉਹ ਰਿਸ਼ੀਆਂ ਗਿਆਨੀਆਂ ਵਾਕਣ ਸੁਪਨੇ ਲੈਂਦੇ, ਸੁਰਾਂ ਰਾਹੀਂ ਸੁਣਵਈਆਂ ਨਾਲ ਆਪਣਾ ਅੰਦਰੂਨਾ ਸਾਂਝਾ ਕਰਦੇ। ਸੰਗੀਤ ਦਾ ਇਹ ਗਿਆਨ ਰਾਸੀ ਸੀ ਜਿਸ ਅਲੀ ਬਖਸ਼ ਜਰਨੈਲ ਦੀ ਪੱਧਰ 'ਤੇ ਪੰਜਾਬੀ ਗਵੱਈਆਂ ਦੇ ਦਿਲਾਂ ਵਿੱਚ ਉਹਨਾਂ ਦੀ ਥਾਂ ਬਣਾਈ। ਭਾਸਕਰ ਬੂਆ ਜਦੋਂ ਪਹਿਲੀ ਵਾਰ ਪੰਜਾਬ ਗਏ ਤਾਂ ਉਸਤਾਦ ਗਾਮਣ ਖਾਂ ਜੀ ਹੁੰਦੇ ਸਨ। ਉਹਨਾਂ ਦੇ ਪੁੱਤਰ ਮੁਬਾਰਕ ਅਲੀ ਖਾਂ, ਮੁਰਾਦ ਅਲੀ ਅਤੇ ਬੀਬੇ ਖਾਂ ਚੜ੍ਹਦੇ ਜਵਾਨ ਅਤੇ ਭਰਪੂਰ ਗਵੱਈਏ ਸਨ। ਭਾਸਕਰ ਬੂਆ ਦੇ ਗਾਇਨ ਦਾ ਸੁਣਿਆ ਤਾਂ ਗਾਮਣ ਖਾਂ ਨੇ ਆਪਣੇ ਪੁੱਤਰਾਂ ਨੂੰ ਆਖਿਆ, ਤੁਸਾਂ ਭਲਕੇ ਮੇਰੇ ਨਾਲ ਭਾਸਕਰ ਬੂਆ ਦਾ ਗਾਣਾ ਸੁਣਨ ਚੱਲਣਾ ਅਤੇ ਵੇਖਣਾ ਸੁੱਚਾ ਸੰਗੀਤ ਕੀ ਹੁੰਦਾ। ਮੁਬਾਰਕ ਅਲੀ ਨੇ ਅੱਗੋਂ ਸੜ ਕੇ ਆਖਿਆ, ਹਿੰਦੂ ਪੰਡਿਤ ਅਤੇ ਉਹ ਵੀ ਮਹਾਰਾਸ਼ਟਰੀ ਆ, ਅੱਬਾ ਦਸਾਵਣ ਚੱਲਿਆ ਵੀ ਸੁੱਚਾ ਗਾਇਣ ਕੀ ਹੁੰਦਾ। ਲੱਗਦਾ ਅੱਬੇ ਹੋਰੀ ਉਂਝ ਹੀ ਸਤਰੇ ਬਤਰੇ ਗਏ। ਤਿੰਨਾਂ ਭਰਾਵਾਂ ਨੇ ਉਸੇ ਥਾਂ ਲੋਡੇ ਵੇਲੇ ਗਾਣਾ ਤਰ ਲਿਆ ਜਿੱਥੇ ਰਾਤ ਨੂੰ ਭਾਸਕਰ ਬੂਆ ਨੇ ਗਾਉਣਾ ਸੀ। ਉਹਨਾਂ ਨੂੰ ਵੀ ਆਉਣ ਦਾ ਸੱਦਾ ਦਿੱਤਾ ਤਿੰਨੇ ਭਰਾ ਬੜਾ ਚੜ੍ਹ ਕੇ ਗਵੇ ਅਤੇ ਸੁਣਵਈਆਂ ਨੂੰ ਆਪਣੀਆਂ ਤਾਨਾਂ ਨਾਲ ਰਜਾ ਦਿੱਤਾ। ਗਾਣਾ ਮੁੱਕਿਆ ਤਾਂ ਗਾਮਣ ਖਾਂ ਨੇ ਭਾਸਕਰ ਬੂਆ ਨੂੰ ਆਪਣੇ ਪੁੱਤਰਾਂ ਦੀ ਕਾਰਗੁਜ਼ਾਰੀ ਦਾ ਪੁੱਛਿਆ। ਭਾਸਕਰ ਬੂਆ ਕਹਿਣ ਲੱਗੇ, ਗਾਮਣ ਖਾਂ ਤੁਸੀਂ ਆਪ ਐਡੇ ਕਸਬੀ ਗਵੱਈਏ ਹੋ, ਕੁਦਰਤੀ ਗੱਲ ਹੈ ਤੁਸਾਂ ਆਪਣੇ ਪੁੱਤਰਾਂ ਦੀ ਵਧੀਆ ਸਿਖਲਾਈ ਕੀਤੀ ਹੈ। ਤੁਸਾਂ ਇਹਨਾਂ ਨੂੰ ਹੋਰਨਾਂ ਗੁਣੀਆਂ ਕਸਬੀਆਂ ਦਾ ਗਾਣਾ ਸੁਣਨ ਲਈ ਵੀ ਆਖਦੇ ਹੋ ਸੋ, ਇਹ ਢੇਰ ਚੰਗਾ ਗਵੇ ਨੇ ਅਤੇ ਪੱਕ ਨਾਲ ਇਹਨਾਂ ਦਾ ਸੰਗੀਤ ਵੇਲਾ ਪਾ ਕੇ ਹੋਰ ਵੀ ਨਿਖਰ ਸੀ। ਮੁਬਾਰਕ ਅਲੀ ਨੂੰ ਭਾਸਕਰ ਬੂਆ ਦੀਆਂ ਇਹ ਗੱਲਾਂ ਚੰਗੀਆਂ ਨਾ ਲੱਗੀਆਂ। ਉਸੇ ਰਾਤ ਤਿੰਨੇ ਭਰਾ ਭਾਸਕਰ ਬੂਆ ਦਾ ਗਾਣਾ ਸੁਣਨ ਆਏ। ਵੇਖੀਏ ਦੱਖਣ ਤੋਂ ਆਇਆ ਹਿੰਦੂ ਪੰਡਿਤ ਕਿਵੇਂ ਉਹਨਾਂ ਦਾ ਰੰਗ ਫਿੱਕਾ ਕਰਦਾ। ਫਿਰ ਜਿਵੇਂ ਹੋਈ ਉਹ ਮੁਬਾਰਕ ਅਲੀ ਦੇ ਆਪਣੇ ਲਫ਼ਜ਼ਾਂ 'ਚ ਪੜ੍ਹ ਵੇਖੋ। ਭਾਸਕਰ ਬੂਆ ਆਏ ਤਾਂ ਡੂੰਘੀਆਂ ਸੋਚਾਂ ਵਿੱਚ ਸਨ। ਤੰਬੂਰੇ ਸੁਰ ਹੋਣ ਲੱਗੇ ਤਾਂ ਉਹਨਾਂ ਦੀ ਨੁਹਾਰ ਕੁਝ ਬਦਲ ਗਈ ਅਤੇ ਇੱਕ ਲੌ ਜਿਹੀ ਜਗ ਪਈ। ਤੰਬੂਰੇ ਅਸਲੋਂ ਸੁਰ ਹੋਏ ਤਾਂ ਭਾਸਕਰ ਬੂਆ ਖੁਸ਼ੀ ਨਾਲ ਚਾਨਣ ਚਾਨਣ ਹੋ ਗਏ। ਉਹਨਾਂ ਮੁਸਕਰਾਉਂਦਿਆਂ ਸਾਡੇ ਵੱਲ ਵੇਖਿਆ। ਉਹਨਾਂ ਦੀ ਸ਼ਕਲ ਸਰੂਰ ਵੀ ਨਹੀਂ ਸੀ, ਲੱਗਾ ਜਿਵੇਂ ਸਾਡੇ ਉੱਤੇ ਕੋਈ ਜਾਦੂ ਫੂਕ ਦਿੱਤਾ ਹੋਣੇ। ਰਾਗ ਹਮੇਰ ਦੀ ਅਸਾਈ ਸ਼ੁਰੂ ਕੀਤੀ ਉਹਨੇ ਤਾਂ ਜਦੋਂ ਨਿਸ਼ਾਦ ਤੋਂ ਦੇਵਤ 'ਤੇ ਆਏ ਤਾਂ ਸਾਡੇ ਮੂੰਹਾਂ ਵਿੱਚੋਂ ਆਪ ਮੁਹਾਰੇ ਹੀ ਸੁਭਾਨ ਅੱਲਾ ਨਿਕਲਦੇ। ਗਾਣੇ ਦੇ ਪਹਿਲੇ ਕੁਝ ਪਲਾਂ ਵਿੱਚ ਹੀ ਸਾਨੂੰ ਆਪਣੇ ਸਾਹਮਣੇ ਬੈਠੇ ਬੰਦੇ ਦੇ ਵੱਡੇਪ ਦਾ ਪਤਾ ਲੱਗ ਗਿਆ
ਨਾਲੇ ਸਮਝ ਆ ਗਈ ਸਾਡਾ ਪਿਓ ਪੰਡਿਤ ਜੀ ਦੀ ਐਡੀ ਵਡਿਆਈ ਕਿਉਂ ਕਰਦਾ ਸੀ। ਮੈਂ ਤਾਂ ਫਿਰ ਸਭ ਕੁਝ ਭੁੱਲ ਭੁਲਾ ਕੇ ਉਹਨਾਂ ਨਾਲ ਲੱਗ ਪਿਆ। ਸ਼ਿਕਾਰਪੁਰ ਵਿੱਚ ਮੈਂ ਉਹਨਾਂ ਦੇ ਸਿਰ ਵਿੱਚ ਤੇਲ ਚੱਸਦਾ ਹੁੰਦਾ ਸੀ। ਇੰਝ ਕੀਤਿਆਂ ਮੈਨੂੰ ਆਪਣੇ ਨੇਵੇਂ ਹੋਣ ਦੀ ਗੁੰਝਲ ਤਾਂ ਕੀ ਹੋਣੀ ਸੀ, ਸਗੋਂ ਬਖਤਾਵਰੀ ਲੱਗਦੀ ਸੀ ਪੰਡਿਤ ਹੋਰੀ ਮੈਨੂੰ ਇਹ ਸੇਵਾ ਕਰਨ ਦਿੰਦੇ ਸਨ। ਭਾਸਕਰ ਬੂਆ 8 ਅਪ੍ਰੈਲ 1922 ਨੂੰ ਪੂਨੇ ਵਿੱਚ ਰੱਤ ਦੇ ਕੈਂਸਰ ਨਾਲ ਮਰੇ ਅਤੇ ਹਿੰਦੁਸਤਾਨ ਦੀਆਂ ਚਾਰੇ ਕੂਟਾਂ ਸੁੰਜੀਆਂ ਹੋ ਗਈਆਂ। ਕਿਸੇ ਗ੍ਰਾਮੋਫੋਨ ਕੰਪਨੀ ਨੇ ਉਹਨਾਂ ਦਾ ਕੋਈ ਤਵਾ ਨਾ ਭਰਿਆ। ਇੰਝ ਉਹਨਾਂ ਦਾ ਗਾਣਾ ਉਹਨਾਂ ਦੇ ਨਾਲ ਹੀ ਟੁਰ ਗਿਆ, ਪਰ ਸੰਗੀਤ ਦੀ ਦੁਨੀਆ ਵਿੱਚ ਅੱਜ ਵੀ ਉਹਨਾਂ ਨੂੰ ਘਣੇ ਆਦਰ ਨਾਲ ਚੇਤੇ ਕੀਤਾ ਜਾਂਦਾ ਹੈ। October 1969 ਵਿੱਚ ਬੰਬੇ, ਪੂਨੇ, ਦਿੱਲੀ ਅਤੇ ਹੋਰ ਥਾਈਂ ਉਹਨਾਂ ਦਾ ਜੰਮਣ ਦਿਨ ਮਨਾਇਆ ਗਿਆ। ਬੰਬੇ ਮਿਊਂਸਪਲ ਕਮੇਟੀ ਨੇ ਮੁੱਖ ਬੱਤ ਇਲਾਕੇ ਦੀ ਇੱਕ ਗਲੀ ਦਾ ਨਾਂ ਭਾਸਕਰ ਸਟਰੀਟ ਰੱਖਿਆ ਹੈ। ਮੇਰਾ ਇਹ ਮਜ਼ਮੂਨ ਵੀ ਉਹਨਾਂ ਦੀ ਯਾਦ ਨੂੰ ਚੜਾਵਾ ਹੈ।